ਤੂੰ ਯਾਰ ਆ ਗਿਆ ਫਿਰ ਅੱਜ ਉਹ ਕਦੀ ਛੁੱਟੀ ਲੈ ਜਾਣਾ ਕਦੀ ਆ ਜਾਣਾ ਕਦੀ ਛੁੱਟੀ ਲੈ ਜਾਣਾ ਮੈਂ ਤਾਂ ਸਮਝ ਲੈਂਦੀ ਕਰਦਾ ਕੀ ਹੈ ਤੂੰ ਜੋ ਕਹੋ ਉਹੀ ਕਰਦੇ ਨੇ ਹੁਕਮ ਕਰੋ ਨਹੀਂ ਹੁਣ ਕਾਹਦੀ ਛੁੱਟੀ ਸੀਗੀ ਪਿਛਲੇ ਮਹੀਨੇ ਤੋਂ ਛੁੱਟੀ ਦਿੱਤੀ ਪੂਰਾ ਮਹੀਨਾ ਹੀ ਛੁੱਟੀ ਦੇ ਰਹੇ ਹਾਂ ਕੀ ਚੱਕਰ ਕੀ ਹੈ ਉਹ ਛੁੱਟੀਆਂ ਸਾਡੀਆਂ ਚੱਲਦੀਆਂ ਰਹਿੰਦੀਆਂ ਤੁਸੀਂ ਮੈਨੂੰ ਕੰਮ ਦੱਸੋ ਕਿਹੜਾ ਕਰਾਉਣਾ ਹੁਕਮ ਕਰੋ ਦਫ਼ਤਰੀ ਹਾਂ ਅਸੀਂ ਕੰਮ ਦੱਸੋ ਕਿਹੜਾ ਕਰਾਉਣਾ ਚਾਹ ਦਾ ਨਾ ਕਹਿ ਦੀ ਹੁੰਦਾ ਕਿਉਂਕਿ ਚਾਹ ਲਿਆਉਣਾ ਮੇਰਾ ਕੰਮ ਨਹੀਂ ਹੈਗਾ ਚਾਹ ਲਈ ਕੋਈ ਆਂਟੀ ਰੱਖੋ ਆਈ ਐਮ ਇੱਕ ਦਫ਼ਤਰੀ ਨਾਟ ਐਮ ਪੀ ਐਨ ਓਕੇ ਯਾਰ ਦਫ਼ਤਰੀ ਦਾ ਤੂੰ ਇੱਦਾਂ ਕਹਿਣਾ ਜਿੱਦਾਂ ਤੂੰ ਬਾਜਾ ਭਰਾ ਮੈਂ ਲੈ ਆਉਂਦਾ ਜੋ ਕਰਨਾ ਨਹੀਂ 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 ਚਲੋ ਠੀਕ ਆ ਗੱਲ ਹੈ ਵੀ ਮੇਰੇ ਨਾਲ ਬਹੁਤਾ ਕੋਈ ਔਖਾ ਬੋਲਦਾ ਨਹੀਂ ਸਾਹਿਬ ਆਪਾਂ ਨੂੰ ਸਸਪੈਂਡ ਹੋਣ ਦੀ ਕੋਈ ਧੌਂਸ ਨਹੀਂ ਹੈਗੀ ਕਰਨਾ ਕਰ ਦਿਓ ਬੇਸ਼ੱਕ ਨਹੀਂ ਤੂੰ ਤਾਂ ਇੱਦਾਂ ਕਰਦਾ ਤੈਨੂੰ ਜਦੋਂ ਸ਼ੌਂਕ ਹੁੰਦਾ ਸਸਪੈਂਡ ਹੁੰਦਾ ਮੈਨੂੰ ਸਮਝ ਲੈ ਸੀ ਸਸਪੈਂਡ ਹੁੰਦਾ ਕਿੱਦਾਂ ਚਾਹ ਚੜਿਆ ਤੈਨੂੰ ਸਸਪੈਂਡ ਹੋਣਾ ਸੀ ਇੱਦਾਂ ਹੀ ਆ ਸਰ ਬਦਰ ਦੇਖੋ ਤੁਸੀਂ ਮੈਨੂੰ ਸਸਪੈਂਡ ਕਰਨਾ ਆਪਾਂ ਉੱਧਰ ਜਾ ਕੇ ਕੁਲਫੀਆਂ ਦੀ ਫਲੂਦੇ ਦੀ ਰੇੜੀ ਲਾ ਲੈਣੀ ਹੈ ਉੱਧਰ ਆਪਣਾ 6 ਮਹੀਨੇ ਕੰਮ ਚੱਲਣਾ ਜਦ ਤੱਕ ਤੁਸੀਂ ਮੈਨੂੰ ਬਹਾਲ ਕਰਨਾ ਨਾਲੇ ਉਹ ਪੈਸੇ ਮਿਲ ਜਾਣੇ ਨਾਲੇ ਸਾਡਾ ਉੱਧਰ ਬਿਜ਼ਨਸ ਚੱਲ ਪੈਣਾ ਨਹੀਂ ਮਤਲਬ ਗਰਮੀਆਂ 'ਚ ਚੱਲ ਤੂੰ ਕੁਲਫੀਆਂ ਦੀ ਰੇੜੀ ਲਾਉਣਾ ਫਿਰ ਸਰਦੀਆਂ 'ਚ ਕੀ ਕਰਦਾ ਜੇ ਤੁਸੀਂ ਮੈਨੂੰ ਸਰਦੀਆਂ 'ਚ ਸਸਪੈਂਡ ਕਰੋਗੇ ਆਪਾਂ ਮੱਛੀ ਰੇੜੀ ਲਾ ਲੈਣੀ ਹੈ ਇਸ ਕਰਕੇ ਆਪਣੇ ਨਾਲ ਦਫ਼ਤਰ ਕੋਈ ਫਾਲਤੂ ਗੱਲ ਨਹੀਂ ਕਰਦਾ ਆਈ ਐਮ ਨੋਟ ਪੀ ਐਨ ਐਮ ਦਫ਼ਤਰੀ ਜੇ ਬਹਾਲ ਨਾ ਹੋਏ ਡਿਸਮਿਸ ਹੋ ਗਏ ਫਿਰ ਡਿਸਮਿਸ ਕਿਹੜੀਆਂ ਗੱਲਾਂ ਕਰਨਾ ਚਲੋ ਫਿਰ ਵੀ ਜੇ ਡਿਸਮਿਸ ਹੋ ਗਿਆ ਫਿਰ ਗਰਮੀਆਂ ਨੂੰ ਕੁਲਫੀ ਸਰਦੀਆਂ ਨੂੰ ਮੱਛੀ ਗਰਮੀਆਂ ਨੂੰ ਕੁਲਫੀ ਸਰਦੀਆਂ ਨੂੰ ਮੱਛੀ ਬਾਕੀ ਤੁਹਾਡੇ ਨਾਲ ਤਾਂ ਰਿਸ਼ਤਾ ਰਹਿਣਾ ਹੀ ਆਪਣਾ ਵਿਚੋਲਾ ਨੂੰ ਹੈਗਾ ਹੀ ਹੈਗਾ ਤੁਹਾਡਾ ਗਾਹਕ ਸਾਹਮਣੇ ਨੂੰ ਕੋਈ ਗੱਲ ਹਾਂਜੀ 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 ਦਫ਼ਤਰ ਦੇ ਵਿੱਚ ਨੌਨ ਵੈਜ ਗੱਲਾਂ ਨਹੀਂ ਕਰੀਦੀਆਂ ਮੱਛੀ ਮੁੱਛੀ ਦੀਆਂ ਮੈਨੂੰ ਸਾਲ ਹੋ ਚੱਲਾ ਚੱਕਰ ਲਾਉਂਦੇ ਮੇਰੀ ਫਾਈਲ ਪੂਰੀ ਤੁਸੀਂ ਕਿਹਾ ਰਸੀਦੀ ਟਿਕਟ ਲੈ ਕੇ ਆਓ ਮੈਂ ਰਸੀਦੀ ਟਿਕਟ ਲੈ ਤੁਸੀਂ ਕਿਹਾ ਸਟਾਮ ਲੈ ਕੇ ਆਓ ਮੈਂ ਭਾਅ ਜੀ ਸਟਾਮ ਲੈ ਆਇਆ ਇਹਨੇ ਮੈਨੂੰ ਕਿਹਾ ਜਾ ਕੇ ਨਾ ਨੋਟਰੀ ਕੋਲ ਟੈਸਟ ਕਰਾ ਗਿਆ ਮੈਂ ਨੋਟਰੀ ਕੋਲ ਟੈਸਟ ਵੀ ਕਰਾਇਆ ਫਿਰ ਇਹਨੇ ਕਿਹਾ ਆਪਣਾ ਬਰਥ ਸਰਟੀਫਿਕੇਟ ਲੈ ਗਿਆ ਮੈਂ ਬਰਥ ਸਰਟੀਫਿਕੇਟ ਵੀ ਬਣਵਾ ਲਿਆ ਕਿੰਨੇ ਚੱਕਰ ਲੱਗ ਗਏ 13 ਚੱਕਰ ਲੱਗ ਗਏ ਭਾਅ ਜੀ ਪੈਨਸ਼ਨ ਕਿੰਨੀ ਹੈਗੀ ਹੈ ਸਾਹਮਣੇ ਲਾਸ਼ ਖੜੀ ਹੈ ਲਾਸ਼ ਨਹੀਂ ਜਿੰਦਾ ਖੜਾ ਤੇ ਲਾਈਫ ਸਰਟੀਫਿਕੇਟ ਕਰ ਦਾਂਗੇ ਲਾਈਫ ਸਰਟੀਫਿਕੇਟ ਇਹ ਇੱਕ ਕਾਨੂੰਨੀ ਕਾਰਵਾਈ ਹੈ ਤੁਸੀਂ ਜਿੰਦੇ ਹੋ ਜੀ ਮੈਂ 50 ਵਾਰੀ ਪੈਨਸ਼ਨ ਲੈ ਚੁੱਕਾ ਛੋਟੇ ਹੁੰਦਿਆਂ ਤੋਂ ਬਚਪਨ ਤੋਂ ਮੈਂ ਆਪਣੇ ਮੁੰਡੇ ਦੀ ਬੁਢਾਪਾ ਪੈਨਸ਼ਨ ਲਵਾਈ ਸੀ 7 ਸਾਲ ਦੀ ਉਮਰ 'ਚ ਅਤੇ ਮੈਨੂੰ ਪੂਰੀ ਸਕੀਮ ਪਤਾ ਹੈਗੀ ਪਹਿਲਾਂ ਪੈਨਸ਼ਨ ਲੱਗਦੀ ਹੈ ਹਰ ਸਾਲ ਲਾਈਫ ਸਰਟੀਫਿਕੇਟ ਦਈ ਦਾ ਨਾ ਉਹ ਤਾਂ ਕਹਿੰਦੇ ਪਿਆ ਅਤੇ ਲਾਈਫ ਸਰਟੀਫਿਕੇਟ ਲੈ ਕੇ ਆਓ ਤੁਸੀਂ ਜਿੰਨੀ ਦੇਰ ਲਿਖਾ ਕੇ ਲਿਆਓਗੇ ਕਿ ਤੁਸੀਂ ਜਿੰਦੇ ਹੋ ਐਦਾਂ ਖੜੇ ਆਪਾਂ ਕਿੱਦਾਂ ਮੰਨ ਲਈਏ ਤੁਸੀਂ ਜਿੰਦੇ ਹੋ ਹਾਂ ਮੰਨੇ ਨਹੀਂ ਜਾ ਸਰ ਹੈਗੀ ਆ ਜਿੰਦਾ ਤਾਂ ਸਾਨੂੰ ਆ ਰਿਹਾ ਨਾ ਉਹ ਗੱਲ ਨਹੀਂ ਹੁੰਦੀ ਸਰਕਾਰੀ ਕੰਮ ਸਰਕਾਰੀ ਨੇ ਸਰਕਾਰੀ ਬੰਦੇ ਦੇ ਹੱਥ ਨਹੀਂ ਚੱਕਣਾ ਇਹਦਾ ਕੇਸ ਲੱਗ ਪੈ ਜਾਣਾ ਤੁਹਾਡੇ ਤੇ ਇਹ ਸਾਲ ਹੋ ਲੇਟ ਕਰਾ ਬੈਠੀ ਮੈਂ ਜਾਣਦਾ ਐ ਕੁਲਫੀ ਦੀ ਰੇੜੀ ਲਾਉਣ ਵਾਲਾ ਬੰਦਾ ਹੈ ਤੇਰੇ ਹੱਥ ਦੀ ਕੁਲਫੀ ਕਹਿੰਦਾ ਮੇਰੇ ਕਰਕੇ ਤੇਰੀ ਕੁਲਫੀ ਦੁਕਾਨ ਚੱਲਦੀ ਹੈ ਸਾਰੀਆਂ ਗਰਮੀਆਂ ਤੁਹਾਨੂੰ ਦੇਖੀਦਾ ਉੱਥੇ ਘੁੰਮਦਾ ਨਾ ਇੱਥੇ ਫਿਰ ਆਇਆ ਉਹ ਭਾਜੀ ਜਾਂਦਾ ਨਹੀਂ ਪਤਾ ਕਮਾਈ ਕਿੰਨੀ ਇਹਦੀ ਸਾਡੇ ਕੋਲ ਕਿਸੇ ਕੋਲ ਗੱਡੀ ਨਹੀਂ ਗੱਡੀ ਇਹਦੇ ਕੋਲ ਹੀ ਹੈਗੀ ਹੈ ਇਹਦੀ ਗੱਡੀ ਤੇ ਘੁੰਮਣ ਜਾਈਦਾ ਕਮਾਈ ਚਾਹੁੰਦੇ ਹੋ ਕਮਾਈ ਚਾਹੁੰਦੇ ਹੋ ਕੰਮ ਕਰੋ ਹੋ ਜਾਏਗੀ ਸੇਵਾ ਹਰ ਮਹੀਨੇ ਦੀ ਪੈਨਸ਼ਨ ਦੇ ਵਿੱਚੋਂ ਤੁਹਾਨੂੰ 200 ਰੁਪਇਆ ਦੇ ਦਿਆ ਕਰਾਂ ਮਖਦੂਮਪੁਰ ਰਹਿੰਦੇ ਨਾ ਉੱਥੇ ਰਹਿੰਦੇ ਨਾ ਮਖਦੂਮਪੁਰ ਦਾੜੀ ਚ ਨਾ ਖੁਜਲਾਓ ਹੁਣ ਦੱਸੋ ਇੱਧਰ ਮਖਦੂਮਪੁਰ ਦਾ ਲਾਗੇ ਵਾਲੇ ਮਹੱਲੇ ਚ ਨਾ ਕਿਤੇ ਦੇਖਿਆ ਹੋਣਾ ਮੈਨੂੰ ਮਖਦੂਮਪੁਰੇ ਮੈਂ ਗੇੜੀਆਂ ਨਾਲ ਜਾਂਦਾ ਹੁੰਦਾ ਸੀ ਜਵਾਨੀ ਵਿੱਚ ਭਾਜੀ ਇਹ ਕਲਾਕਾਰ ਬੰਦਾ ਪੂਰਾ ਇਹ ਦਾੜੀ ਇਹਦੀ ਚਿੱਟੀ ਨਹੀਂ ਹੈਗੀ ਦਾੜੀ ਚਿੱਟੀ ਕੀਤੀ ਹੈ ਮੇਕਅਪ ਕੀਤਾ ਹੋਇਆ ਨੇ ਆ ਦੇਖੀ ਦੇਖੀ ਦੇਖੋ ਸਾਹਿਬ ਅਗਰ ਹੱਥ ਲਾ ਕੇ ਦੇਖੋ ਆ ਲਿੱਤ ਦਾ ਫਿਰ ਰੰਗ ਉਹ ਦੇਖੋ ਅੱਲਾ ਸ਼ਰਮ ਕਰੋ ਸਾਹਿਬ ਫਾਦਰ ਤੁਸੀਂ ਮੈਨੂੰ ਕਿਹਾ ਸੀ ਜਿਹੜਾ ਬੰਦਾ ਦੇਖਣ ਚ 60 ਸਾਲ ਤੋਂ ਉੱਪਰ ਲੱਗੇ ਆਪਾਂ ਨੂੰ ਪੈਨਸ਼ਨ ਦੇ ਦੇਣੇ ਮੈਂ ਗਿਆ ਬਿਊਟੀ ਪਾਰਲਰ ਉਹਨਾਂ ਨੇ ਮੈਨੂੰ ਮੈਂ 60 ਸਾਲ ਦਾ ਬਣਾ ਦਿੱਤਾ ਤੇ ਮੈਂ ਬੋਲਣ ਦਾ ਸਟਾਈਲ ਵੀ ਬੁਢਿਆ ਵਾਲਾ ਬਣਾ ਲਿਆ ਮੇਰੀ ਪੈਨਸ਼ਨ ਲਾ ਦੋ ਤੁਸੀਂ ਸੇਵ ਹੈਗੇ ਹੋ ਇਹਦਾ ਨਹੀਂ ਕਰ ਸਕਦੇ ਨਾ ਆਪਾਂ ਪਤਾ ਜੇ ਚੈਕਿੰਗ ਹੋਏਗੀ ਸਾਡੀ ਨੌਕਰੀ ਵੀ ਚੱਲ ਜਾਣੀ ਦੋਨਾਂ ਦੀ ਚੈਕਿੰਗ ਹੋਏਗੀ ਤੇ ਮੇਰੀ ਮੇਕਅਪ ਵਾਲੀ ਫੋਟੋ ਜਾਏਗੀ ਨਾ ਉੱਪਰ ਲਾਈਵ ਇਹ ਹੋਈ ਹੈ ਦੇਖੋ ਮੈਂ ਬੋਲਦਾ ਵੀ ਬੁੱਢਿਆ ਵਾਂਗ ਪਿਆ ਉਹ ਤੂੰ ਕੁਲਫੀ ਵਾਲਾ ਵਿੱਚ ਨਾ ਬੋਲੀ ਬੋਲ ਗਿਆ ਕਹਿ ਕੁਝ ਇਹਨਾਂ ਨੂੰ ਤੂੰ ਬੋਲਦਾ ਮੇਰਾ ਅੰਦਰਲਾ ਜ਼ਮੀਰ ਇਜਾਜ਼ਤ ਨਹੀਂ ਦੇ ਰਿਹਾ ਮੇਰਾ ਅੰਦਰਲਾ ਜ਼ਮੀਰ ਆ ਤੇ ਬਾਹਰਲੇ ਜ਼ਮੀਰ ਦੇ ਨਾਲ ਗੱਲ ਕਰਦਾ ਨਾ ਬਾਹਰਲਾ ਪੈਸੇ ਉਹ ਮੰਗਦਾ ਨਾ ਪੈਸਿਆਂ ਦੀ ਗੱਲ ਕਰੀ ਜਾਂਦੇ ਗੱਲ ਖਤਮ ਕਰੀਏ ਆਪਾਂ ਤੂੰ ਯਾਰ ਬੋਲਦਾ ਹੀ ਨਹੀਂ ਕੁਝ ਬੋਲ ਤੇ ਸਹੀ ਨਾ ਤੂੰ ਮੈਂ ਬੋਲਦਾ ਤੇ ਪਿਆ ਵਾਂ ਜਿਹੜਾ ਬੰਦਾ ਇਦਾਂ ਮੇਕਅਪ ਕਰਕੇ ਸਾਡੇ ਸਾਹਮਣੇ ਆਇਆ ਉਹ ਸਾਡੇ ਦੀ ਮਰ ਗਿਆ
अपने जबानी क्या अपनी जबान न मेरी घरवाली की विधवा पेंशन ला लो।